India News 24 TV में आपका स्वागत है। चंडीगढ़ पंजाब में अब विधायकों को सिर्फ एक की पेंशन मिलेगी। यानी कोई चाहे कितनी बार विधायक बना हो उसे पेंशन एक टम की ही दी जाएगी उन्हें मिलने वाले पारिवारिक भत्तों में कटौती भी की जाएगी पंजाब सरकार ने शुक्रवार को इसकी घोषणा करते हुए अधिकारियों को कार्यवाही के निर्देश दिए हैं पंजाब सरकार ने कहा कि विधायक सेवा के लिए राजनीति में आते हैं ऐसे में लाखों की पेंशन देना जायज नहीं है कई लोग चार बार विधायक रहकर हार गए किसी को चार लाख तो किसी को पांच लाख पेंशन मिल रही है लेकिन अब एक तम की पेंशन मिलेगी पेंशन व भत्तों से जो कटौती होगी उसे जनकल्याण में लगाया जाएगा उन्होंने कहा कि प्रदेश में बेरोजगारी को खत्म करने के लिए ऐसी घोषणाएं जरूरी है पंजाब सरकार के इस फैसले से खजाने पर पांच साल में अस्सी करोड़ रुपए का बोझ कम होगा प्रदेश में फिलहाल लाल सिंह राजेंद्र कौर भट्टल सरवन सिंह फिल्लौर को हर माह तीन लाख पच्चीस हजार पेंशन मिलती है इसी तरह रवि इंदर सिंह बलविंदर सिंह को हर माह दो लाख पचहत्तर हजार रुपए पेंशन के रूप में मिलते हैं दस बार के विधायक बनने की पेंशन छह लाख बासठ हजार प्रति माह है ਸਾਰੇ ਪੰਜਾਬੀਆਂ ਨੂੰ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਬੇਰਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਸਾਡੇ ਨੌਜਵਾਨ ਮੁੰਡੇ ਕੁੜੀਆਂ ਡਿਗਰੀਆਂ ਲੈ ਕੇ ਘਰ ਵਾਪਸ ਮੁੜ ਗਏ ਜਿਉਂਨ ਡਿਗਰੀਆਂ ਨੂੰ ਲੈ ਕੇ ਉਹ ਨੌਕਰੀ ਮੰਗਣ ਜਾਂਦੇ ਨੇ ਤਾਂ लाਠੀ ਚਾਰਜ ਹੁੰਦਾ ਪਾਣੀ ਦੀਆਂ ਬਾਛੜਾਂ ਪੱਗਾਂ ਟੈਂਦੀਆਂ ਨੇ ਚੁੰਨੀਆਂ ਲੈਂਦੀਆਂ ਨੇ ਨੌਕਰੀਆਂ ਨਹੀਂ ਮਿਲ ਰਹੀਆਂ ਅਸੀਂ ਇਸ ਮਾਮਲੇ 'ਚ ਬਹੁਤ ਵੱਡੇ ਵੱਡੇ ਕਦਮ ਚੱਕ ਰਹੇ ਹਨ ਪਰ ਜੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇੱਕ ਹੋਰ ਵਿਸ਼ੇ ਤੇ ਹੈ ਸਾਡੇ ਰਾਜਨੀਤਿਕ ਲੋਕ ਜਿਹੜੇ ਐਮ ਐਲ ਏ ਉਹ ਹੱਥ ਬਨ ਕੇ ਲੋਕਾਂ ਤੋਂ ਵੋਟਾਂ ਮੰਗਦੇ ਨੇ ਕਿ ਸੇਵਾ ਦਾ ਮੌਕਾ ਦਿਓ ਜੀ ਕਈ ਤਾਂ ਰਾਜ ਨਹੀਂ ਸੇਵਾ ਕਹਿ ਕੇ ਵੀ ਜਿਹੜੇ ਨੇ ਵੋਟਾਂ ਮੰਗਦੇ ਨੇ ਤੇ ਹੈਰਾਨੀ ਹੋਊਗੀ ਤੁਹਾਨੂੰ ਕਿ ਬਹੁਤ ਸਾਰੇ ਐਮ ਐਲ ਏ ਜਿਹੜੇ ਕੋਈ ਤਿੰਨ ਵਾਰ ਜਿੱਤਿਆ ਹੋਇਆ ਹੈ ਹਾਰ ਗਿਆ ਕੋਈ ਚਾਰ ਵਾਰ ਜਿੱਤਿਆ ਹੋਇਆ ਹੈ ਟਿਕਟ ਨਹੀਂ ਮਿਲੀ ਪੰਜ ਵਾਰ ਜਿੱਤਿਆ ਹੋਇਆ ਛੇ ਵਾਰ ਜਿੱਤਿਆ ਹੋਇਆ ਨਹੀਂ ਆਏ ਵਿਧਾਨ ਸਭਾ 'ਚ ਉਹਨਾਂ ਨੂੰ ਲੱਖਾਂ ਰੁਪਏ ਪੈਨਸ਼ਨ ਮਿਲਦੀ ਹੈ ਪਰ ਮੰਥ ਮਹੀਨੇ ਦੀ ਕਿਸੇ ਨੂੰ 3.5 ਲੱਖ ਕਿਸੇ ਨੂੰ 4.5 ਲੱਖ ਵੀ ਹੈ ਕਿਸੇ ਨੂੰ 5.5 ਲੱਖ ਵੀ ਹੈ ਪੈਨਸ਼ਨ ਤੇ ਖਜ਼ਾਨੇ ਤੇ ਕਰੋੜਾਂ ਰੁਪਈਆ ਦਾ ਬੋਝ ਪੈਂਦਾ ਹੈ ਕਈ ਐਮਪੀਜ਼ ਵੀ ਇਹੋ ਜਿਹੇ ਨੇ ਜਿਹੜੇ ਐਮਪੀ ਦੀ ਪੈਨਸ਼ਨ ਲੈ ਰਹੇ ਨੇ ਤੇ ਇੱਥੇ ਪਹਿਲਾਂ ਐਮਐਲਏ ਰਹੇ ਸੀ ਉਹਦੀ ਪੈਨਸ਼ਨ ਵੀ ਲੈ ਰਹੇ ਨੇ ਸੋ ਅੱਜ ਇੱਕ ਬਹੁਤ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਮੈਂ ਕਰਨ ਜਾ ਰਿਹਾ ਹਾਂ ਕਿ ਐਮਐਲਏ ਭਾਵੇਂ ਦੋ ਵਾਰ ਜਿੱਤੇ ਪੰਜ ਵਾਰ ਜਿੱਤੇ ਸੱਤ ਵਾਰ ਜਿੱਤੇ ਪਰ ਉਹਨੂੰ ਪੈਨਸ਼ਨ ਸਿਰਫ ਇੱਕ ਟਰਮ ਦੀ ਮਿਲੇਗੀ ਸਿਰਫ ਇੱਕ ਟਰਮ ਦੀ ਪੈਨਸ਼ਨ ਉਹਨੂੰ ਮਿਲੇਗੀ ਜਿੱਤ ਭਾਵੇਂ ਉਹ ਜਿੰਨੀ ਬੜੀ ਮਰਜੀ ਜਾਵੇ ਤੇ ਨਾਲ ਕਰੋੜਾਂ ਰੁਪਇਆ ਜਿਹੜਾ ਇਹਦੇ ਪੈਨਸ਼ਨਾਂ ਘਟਾਉਣ ਨਾਲ ਬਚੂਗਾ ਉਹਨੂੰ ਲੋਕਾਂ ਦੀ ਭਲਾਈ ਤੇ ਖਰਚ ਕੀਤਾ ਜਾਊਗਾ ਕਿਉਂਕਿ ਸੇਵਾ ਕਰਨ ਦੀ ਇੰਨੀ ਪੈਨਸ਼ਨ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈਗੀ ਤੇ ਇਸੇ ਤਰ੍ਹਾਂ ਉਹਨਾਂ ਦੀਆਂ ਫੈਮਿਲੀ ਪੈਨਸ਼ਨਸ ਨੇ ਉਹ ਵੀ ਬਹੁਤ ਜ਼ਿਆਦਾ ਨੇ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ ਤੇ ਅਫਸਰਾਂ ਨੂੰ ਮੈਂ ਲੋੜੀਂਦੇ ਹੁਕਮ ਜਿਹੜੇ ਨੇ ਨਿਰਦੇਸ਼ ਜਿਹੜੇ ਨੇ ਦੇ ਦਿੱਤੇ ਨੇ ਮੈਂ ਇੱਕ ਵਾਰੀ ਫੇਰ ਦੱਸ ਦੇਣਾ ਚਾਹੁੰਦਾ ਪੰਜਾਬ ਦੇ ਵਿੱਚ ਜਿਹੜੇ ਐਮਐਲਏ ਨੇ ਐਕਸ ਐਮਐਲਏ ਭਾਵੇਂ ਉਹ ਦੋ ਵਾਰ ਜਿੱਤੇ ਨੇ, ਪੰਜ ਵਾਰ ਜਿੱਤੇ ਨੇ, 10 ਵਾਰ ਜਿੱਤੇ ਨੇ, ਉਹਨਾਂ ਨੂੰ ਸਿਰਫ ਇੱਕ ਟਰਮ ਦੀ ਪੈਨਸ਼ਨ ਹੀ ਮਿਲੂਗੀ। ਤੇ ਉਹਨਾਂ ਦੇ ਫੈਮਿਲੀ ਪੱਤੇ ਜਿਹੜੇ ਨੇ ਮੁਫਤ ਚ ਮਿਲਦੇ ਨੇ, ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਜਾਊਗੀ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹਦੀ ਸਾਰੀ ਡਿਟੇਲ ਮਿਲ ਜੂਗੀ ਤਾਂ ਕਿ ਪੰਜਾਬ ਦੇ ਖਜ਼ਾਨੇ ਨੂੰ ਬਚਾਇਆ ਜਾਵੇ ਤੇ ਉਹ ਖਜ਼ਾਨੇ ਦਾ ਇੱਕ ਇੱਕ ਪੈਸਾ ਜਿਹੜਾ ਲੋਕ ਭਲਾਈ ਤੇ ਖਰਚ ਕੀਤਾ ਜਾਵੇ। ਇਨਕਲਾਬ